जिन्हां जिन्हां वादियां कीतियां देखदे ही हो किवें कूकियां दे डोल वांगू ते निहंग सिंघां दे बाटे वांगू मांजे पए आ। एक गल सारी कन्न खोल के सुन लो, कमाई वाले सिंघां दे नाल जिहड़े वचन होए ना वह कहिंदे कलगी धर दी कचहरी दे विच आ गल्लां ते सुन लिओ, उत्थे किहड़ा मूंह लै के जाऊंगे ओए। साडे लीडरां नूं चाहीदा सी उत्थे जाके मसले इह चुकदे बंदी सिंघां वाले, जां दूजा मसला ਉਹ ਹੱਥ ਤੁਸੀਂ ਹੱਲ ਕਰਵਾ ਲਿਆ ਜੀ, ਉਹ ਜਿਹੜਾ ਬਰਗਾੜੀ ਮੋਰਚੇ ਲਾਏ ਸੀ। ਆਪਾਂ ਕਦੇ ਭਗਤ ਸਿੰਘ ਦਾ ਮਸਲਾ ਚੱਕ ਲਿਆ ਕਦੇ ਕਿਸੇ ਦਾ, ਭਗਤ ਸਿੰਘ ਬਾਰੇ ਕਿਤਾਬਾਂ ਵਿੱਚ ਗਲਤ ਮਲਤ ਵੀ ਬਹੁਤ ਕੁਝ ਲਿਖਿਆ ਪਿਆ, ਜਿਹੜੇ ਬੋਲਦੇ ਆ ਉਹਨਾਂ ਬਾਰੇ ਨੀ ਪਤਾ ਲੋਕਾਂ ਨੂੰ। ਉੱਥੇ ਕਿੰਨਾ ਕੁ ਟਾਈਮ ਆ ਸਤਿਕਾਰਯੋਗ ਸਿਮਰਨਜੀਤ ਸਿੰਘ ਜੀ ਮਾਨ ਸਾਹਿਬ ਹੋਰਾਂ ਕੋਲ, ਕਿੰਨਾ ਕੁ ਟਾਈਮ ਆ ਜੀ, ਇੱਕ ਸਾਲ ਕੁ ਰਹਿ ਗਿਆ। ਇਹ ਝੱਗੀਆਂ ਰਹਿਣ ਦਿਓ, ਥੋੜੇ ਜਿਹੇ ਆਨੰਦ ਚੋਂ ਰਹਿ ਗਈ ਗੱਲ ਚਿੱਠੀਆਂ ਦੀ, ਵੀ ਭਗਤ ਸਿੰਘ ਚਿੱਠੀਆਂ ਚਾਹ ਲਿਖਦਾ ਤੇ ਚਿੱਠੀਆਂ ਤਾਂ ਤੁਹਾਡੀਆਂ ਵੀ ਹੈਗੀਆਂ ਲੀਡਰਾਂ ਦੀਆਂ, ਆਪਣਾ ਪਿਓ ਦਾ ਉਹਦਾ ਲੇਲੜੀਆਂ ਕੱਢਦਾ, ਉਹਦਾ ਮਿੰਤਾ ਕਰਦਾ ਫਿਰਦਾ, ਉਹ ਆਪਣਾ ਪਿਓ ਸਾਂਭ ਲਓ ਪਹਿਲਾਂ। ਜਿਹੜੇ ਲੋਕ ਜਿਹਨੂੰ ਪਿਆਰ ਕਰਦੇ ਆ ਉਹ ਪਿਆਰ ਕਰਦੇ ਉਹਨੇ ਪਿਆਰ ਕਰਦੇ ਰਹਿਣਾ, ਤੇ ਫੇਸਬੁੱਕ ਤੇ ਜਿਹੜੀਆਂ ਲੜਾਈਆਂ ਖਤਮ ਕਰੋ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮਾਫ਼ੀ ਚਾਹੁੰਦੇ ਹਾਂ ਕਿਉਂਕਿ 3 ਵਜੇ ਦਾ ਆਪ ਜੀ ਨਾਲ ਵਾਅਦਾ ਸੀ ਉਹ 5 ਵਜੇ, ਉਹਦਾ ਕਾਰਨ ਇੱਕ ਤਾਂ ਜਿਸ ਪਰਿਵਾਰ ਵਿੱਚ ਆਏ ਇੱਥੇ ਜਲ ਪਾਣੀ ਛਕਣਾ ਸੀ, ਅਤੇ ਇੱਕ ਬਹੁਤ ਹੀ ਪਿਆਰੀ ਹਸਤੀ ਜਿਨ੍ਹਾਂ ਦੇ ਬੜੇ ਉੱਚੇ ਸੁੱਚੇ ਜੀਵਨ ਆ ਗੁਰੂ ਪਿਆਰੀ ਸਾਧ ਸੰਗਤ ਜੀ, ਉਹਨਾਂ ਸਾਰੀਆਂ ਸ਼ਖਸੀਅਤਾਂ ਦੇ ਨਾਲ ਮੈਂ ਰਸਤੇ ਵਿੱਚ ਵੀ ਰਾਬਤਾ ਕਾਇਮ ਕਰਦਾ ਹਾਂ ਵੀ ਕੀ ਆਪਾਂ ਨੂੰ ਕਰਨਾ ਚਾਹੀਦਾ। ਜੋ ਪੰਜਾਬ ਦੇ ਵਿੱਚ ਇਸ ਵੇਲੇ ਕਈ ਵਿਵਾਦ ਉਹ ਬੇਲੋੜੇ ਵਿਵਾਦ ਆਪਾਂ ਸ਼ੁਰੂ ਕਰਦੇ ਆ, ਉਹਨਾਂ ਨੂੰ ਸਟੋਪ ਕਰੋ, ਉਹਨਾਂ ਨੂੰ ਰੋਕੋ। ਤੁਹਾਨੂੰ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ, ਭਾਵੇਂ ਕੋਈ ਲੀਡਰ ਆ, ਭਾਵੇਂ ਕੋਈ ਆਮ ਆ, ਭਾਵੇਂ ਕੋਈ ਗੁਰਮੁਖ ਪਿਆਰੇ ਹੋ, ਕਿਸੇ ਜਮਾਤ ਨਾਲ ਜੁੜਿਆ ਕੋਈ ਕਿਸੇ ਨਾਲ ਜੁੜਿਆ, ਜਿਹੜੇ ਬੇਲੋੜੇ ਵਿਵਾਦਾਂ ਦੀ ਸਾਨੂੰ ਲੋੜ ਹੀ ਨਹੀਂ ਉਹ ਸਾਨੂੰ ਖੜੇ ਨਹੀਂ ਕਰਨੇ ਚਾਹੀਦੇ। ਹਾਂਜੀ ਦੇਖੋ ਇਤਿਹਾਸ ਵਿੱਚ ਕੀ ਛੁਪਿਆ ਪਿਆ, ਜੇ ਹੁਣ ਆਪਾਂ ਸ਼ਹੀਦਾਂ ਦੀ ਗੱਲ ਕਰੀਏ, ਦੇਖੋ ਸਤਿਗੁਰੂ ਸਾਡੇ ਸ਼ਹੀਦ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਸ਼ਹੀਦ ਨੇ, ਔਰ ਮੇਰੇ ਧੰਨ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਉਹ ਅੱਜ ਵੀ ਪੰਥ ਦੇ ਅੰਗ ਸੰਗ ਵਰਤਦੇ ਆ। ਕਲਾ ਕਲਗੀਧਰ ਜੀ ਦੀ ਵਰਤਦੀ ਗੱਲ ਤੇ ਸੀ ਸਾਡੀ ਬੰਦੀ ਸਿੰਘਾਂ ਦੀ, ਸਾਡੇ ਲੀਡਰਾਂ ਨੂੰ ਚਾਹੀਦਾ ਤੁਸੀਂ ਉੱਥੇ ਜਾ ਕੇ ਮਸਲੇ ਇਹ ਚੁੱਕਦੇ ਬੰਦੀ ਸਿੰਘਾਂ ਵਾਲੇ, ਜਾਂ ਦੂਜਾ ਮਸਲਾ ਉਹ ਹੱਥ ਤੁਸੀਂ ਹੱਲ ਕਰਵਾ ਲਿਆ ਜੀ, ਉਹ ਜਿਹੜਾ ਬਰਗਾੜੀ ਮੋਰਚੇ ਲਾਏ ਸੀ, ਜਾਂ ਜਿਹੜੇ ਅਸੀਂ ਦੂਜੇ ਮੋਰਚੇ ਆਪਾਂ ਲਾਉਂਦੇ ਰਹੇ ਹਾਂ ਬੇਅਦਬੀ ਦੇ, ਉਹ ਮਸਲੇ ਹੱਲ ਹੋ ਗਏ। ਆਪਾਂ ਕਦੇ ਭਗਤ ਸਿੰਘ ਦਾ ਮਸਲਾ ਚੱਕ ਲਿਆ ਕਦੇ ਕਿਸੇ ਦਾ, ਭਗਤ ਸਿੰਘ ਬਾਰੇ ਕਿਤਾਬਾਂ ਵਿੱਚ ਗਲਤ ਮਲਤ ਵੀ ਬਹੁਤ ਕੁਝ ਲਿਖਿਆ ਪਿਆ, ਤੇ ਦੂਜੇ ਤੀਜੇ ਦੇ ਬਾਰੇ ਕਿਹਦੇ ਬਾਰੇ ਨਹੀਂ ਲੋਕਾਂ ਨੂੰ ਪਤਾ, ਜਿਹੜੇ ਬੋਲਦੇ ਆ ਉਹਨਾਂ ਬਾਰੇ ਨਹੀਂ ਪਤਾ ਲੋਕਾਂ ਨੂੰ, ਉਹਨਾਂ ਬਾਰੇ ਵੀ ਪਤਾ। ਇਹ ਟਕੀਆਂ ਰਹਿਣ ਦਿਓ, ਥੋੜੇ ਜਿਹੇ ਆਨੰਦ ਚੋਂ ਰਹਿ ਗਈ ਗੱਲ ਚਿੱਠੀਆਂ ਦੀ, ਵੀ ਭਗਤ ਸਿੰਘ ਚਿੱਠੀਆਂ ਚਾਹ ਲਿਖਦਾ ਤੇ ਚਿੱਠੀਆਂ ਤਾਂ ਤੁਹਾਡੀਆਂ ਵੀ ਹੈਗੀਆਂ ਲੀਡਰਾਂ ਦੀਆਂ, ਉਹਨਾਂ ਚਿੱਠੀਆਂ ਦਾ ਕੀ ਕਰੋਗੇ ਫਿਰ, ਜਿਹੜੀਆਂ ਮਾਫ਼ੀਨਾਮੇ 'ਚ ਵੀ ਕੋਈ ਨਹੀਂ ਜੀ ਤੁਹਾਡੇ ਹੀ ਖਿਦਮਤਗਾਰ ਆ, ਤੁਹਾਡੇ ਹੀ ਪਹਿਰੇਦਾਰ ਆ, ਤੁਹਾਡੇ ਨਾਲ ਹੀ ਰਲ ਕੇ ਚੱਲਾਂਗੇ। ਲੋਕਾਂ ਨੇ ਬੜਾ ਵੱਡਾ ਮਾਣ ਦਿੱਤਾ, ਹੋਣਾ ਕੀ ਚਾਹੀਦਾ, ਅਕਾਲੀ ਦਲ ਸਾਰਿਆਂ ਨੂੰ ਇੱਕਜੁੱਟ ਹੋਣਾ ਚਾਹੀਦਾ, ਜੇ ਨਹੀਂ ਹੋ ਸਕਦੇ ਇੱਦਾਂ ਹੀ ਇੱਕ ਦੂਜੇ ਨਾਲ ਡਾਂਗੋ ਡਾਂਗ ਹੀ ਰਹਿਣਾ ਤੁਸੀਂ, ਫਿਰ ਦੱਸੋ ਜਿਹੜੇ ਦੇਸਾਂ ਪ੍ਰਦੇਸਾਂ 'ਚ ਤੜਫਦੇ ਆ, ਜਿਹੜੇ ਤੁਹਾਡੇ ਲਈ ਤਨੋ ਮਨੋ ਧਨੋ ਖੜਦੇ ਆ, ਉਹਨਾਂ ਦੇ ਲਈ ਤੁਸੀਂ ਕੀ ਕਰਦੇ ਹੋ, ਤੁਸੀਂ ਤੇ ਆਪੋ ਆਪਣਾ ਹੀ ਬਸ ਹਿਸਾਬ ਕਿਤਾਬ ਲਾਉਂਦੇ ਹੋ ਨਾ, ਵੀ ਮੈਨੂੰ ਗੱਫਾ ਆ ਜਾਏ, ਮੈਨੂੰ ਆ ਜਾਏ, ਪੰਥ ਲਈ ਕੀ ਕਰਦੇ ਹੋ, ਸਾਨੂੰ ਪੰਥ ਦੇ ਬਣ ਕੇ ਤੁਰਨਾ ਚਾਹੀਦਾ। ਔਰ ਇਹ ਜਿਹੜੀਆਂ ਗੱਲਾਂ ਰਹਿ ਗਈ ਗੱਲ ਭਗਤ ਸਿੰਘ ਨੇ ਕੀ ਕੀਤਾ ਕੀ ਨਹੀਂ ਕੀਤਾ ਕਿਹਨੂੰ ਨਹੀਂ ਪਤਾ, ਸਾਰੇ ਪੰਜਾਬ ਦੇ ਘਰਾਂ 'ਚ ਦੇਸਾਂ ਪ੍ਰਦੇਸਾਂ ਵਿੱਚ ਭਗਤ ਸਿੰਘ ਦੀਆਂ ਫੋਟੋ ਲੱਗੀਆਂ ਹੋਈਆਂ। ਔਰ ਦੂਜੀਆਂ ਤੀਜੀਆਂ ਗੱਲਾਂ ਸਾਰੇ ਵੀਰਾਂ ਨੂੰ ਬੇਨਤੀ ਵੀ ਜਿਹੜੀ ਆ ਨੀਚ ਪੁਣੇ ਵਾਲੀ ਆਪਾਂ ਸ਼ਬਦਾਵਲੀ ਵਰਤਦੇ ਨਾ ਕਿਸੇ ਲਈ ਵੀ, ਇਹ ਨਾ ਕਰੋ ਵੀਰੋ, ਇਹਦਾ ਕੋਈ ਫਾਇਦਾ ਨਹੀਂ। ਜੇ ਹੈ ਨਾ ਸਾਡੇ ਵਿੱਚ ਕੁਝ ਕਰਕੇ ਦਿਖਾਉਣ ਦੀ, ਬੰਦੀ ਸਿੰਘਾਂ ਲਈ ਕਰਕੇ ਦਿਖਾਓ ਕੁਝ, ਕਰੋ ਬਰਗਾੜੀ ਦਾ ਮਸਲਾ ਹੱਲ, ਕਰੋ ਮਸਲੇ ਹੱਲ ਬੇਅਦਬੀ ਦੇ, ਉਹਨਾਂ ਦੇ ਉੱਤੇ ਤੇ ਅਸੀਂ ਉਹ ਚੁੱਪੀਆਂ ਧਾਰ ਲਈਆਂ, ਕੋਈ ਕਿਤੇ ਚੱਕੀ ਫਿਰਦਾ ਤਖਤੀਆਂ, ਕੋਈ ਕਿਤੇ ਜਾ ਕੇ ਆਪਣੇ ਪ੍ਰਮਾਣ ਪੱਤਰ ਦੇ ਰਿਹਾ, ਐਂ ਕਰਦੇ ਹੋ ਜੀ, ਆਉਂ ਕਰਦੇ ਹੋ ਵੀਰੋ, ਇੱਦਾਂ ਤਾਂ ਫਿਰ ਬਹੁਤ ਕੁਛ ਨਿਕਲ ਆਏਗਾ। ਜੇ ਤੁਸੀਂ ਕਿਸੇ ਨੂੰ ਕਹੋਗੇ ਤੇ ਉਹਨਾਂ ਵਾਲੇ ਕਹਿਣ ਵਾਲੇ ਵੀ ਤਾਂ ਹੈਗੇ ਨੇ, ਤੇ ਦੂਜੀ ਗੱਲ ਜੇ ਕੋਈ ਗਲਤ ਮਲਤ ਗੱਲ ਕੋਈ ਭਾਵੇਂ ਲੀਡਰ ਕਹਿੰਦਾ ਤੇ ਭਾਵੇਂ ਕੋਈ ਆਮ ਬੰਦਾ ਕਹਿੰਦਾ, ਤੁਹਾਨੂੰ ਹੱਥ ਬੰਨ ਕੇ ਬੇਨਤੀ ਆ ਵੀ ਆ ਜਿਹੜੇ ਟੁਕੜ ਬੋਚ ਜੇ ਦੂਜੇ ਤੀਜੇ, ਉਹਨਾਂ ਨੂੰ ਕੋਈ ਜਾਣੇ ਨਾ ਪਛਾਣੇ,
ਉਹ ਜਿਹੜਾ ਖਟਕੜ ਕਰੀ ਉੱਥੇ ਖਟਕੜ ਕਲਾਂ ਬੋਲ ਕੇ ਗਿਆ ਬਈ ਅੱਜ ਜੁੱਤੀਆਂ ਮਾਰੋ ਜਾਂ ਪੱਗ ਲਾ ਲਿਆਓ। ਉਹਨੂੰ ਜਾਣਦਾ ਕੌਣ ਆ? ਆਪਣਾ ਪਿਓ ਤਾਂ ਉਹਦਾ ਲੇਲੜੀਆਂ ਕੱਢਦਾ, ਉਹਦਾ ਮਿੰਤਾ ਕਰਦਾ ਫਿਰਦਾ। ਉਹ ਆਪਣਾ ਪਿਓ ਸਾਂਭ ਲਓ ਪਹਿਲਾਂ, ਆਪਣੇ ਘਰ ਦੇ ਸਾਂਭ ਲਓ, ਦੂਜਿਆਂ ਨੂੰ ਫਰਮਾਨ ਫੇਰ ਜਾਰੀ ਕਰ ਲਿਓ। ਧੰਨ ਮਾਲ ਖਜ਼ਾਨਿਆਂ ਦੀਆਂ ਦੂਜੀਆਂ ਤੀਜੀਆਂ ਗੱਲਾਂ ਕਰਨ ਵਾਲੇ, ਸਾਡਾ ਇਲਾਕਾ ਖਟਕੜਾ ਨਗਰ ਆ, ਮੋਰਾ ਵਾਲੀ ਨਾਨਕੇ ਆ, ਕਿਸੇ ਦੇ ਕਹਿਣ ਨਾਲ ਕੋਈ ਫਰਕ ਨਹੀਂ ਪੈ ਜਾਣਾ। ਜਿਹੜੇ ਲੋਕ ਜਿਹਨੂੰ ਪਿਆਰ ਕਰਦੇ ਆ ਉਹ ਪਿਆਰ ਕਰਦੇ, ਉਹਨੂੰ ਪਿਆਰ ਕਰਦੇ ਰਹਿਣਾ। ਇਹ ਫੇਸਬੁੱਕ ਤੇ ਜਿਹੜੀਆਂ ਲੜਾਈਆਂ ਖਤਮ ਕਰੋ, ਬੰਦੀ ਸਿੰਘਾਂ ਲਈ ਲਹਿਰ ਚਲਾਓ। ਉੱਥੇ ਕਿੰਨਾ ਕੁ ਟਾਈਮ ਆ ਸਤਿਕਾਰਯੋਗ ਸਿਮਰਨਜੀਤ ਸਿੰਘ ਜੀ ਮਾਨ ਸਾਹਿਬ ਹੋਰਾਂ ਕੋਲ, ਕਿੰਨਾ ਕੁ ਟਾਈਮ ਆ ਜੀ? ਇੱਕ ਸਾਲ ਕੁ ਰਹਿ ਗਿਆ। ਉੱਥੇ ਕੋਈ ਆਪਾਂ ਇਹ ਬੇਲੋੜੇ ਬਾਤ ਲੋਕੀ ਸਾਨੂੰ ਕਹਿੰਦੇ ਸੀ, ਜਿਹੜੇ ਸਪੋਰਟਰ ਬਣੇ ਨਾ ਤੁਹਾਡੇ ਸਾਰੇ, ਉਹ ਕਹਿੰਦੇ ਸੀ ਵੀ ਇਹਨਾਂ ਬੇਲੋੜੇ ਵਿਵਾਦ ਖੜੇ ਕਰਨੇ ਆ। ਔਰ ਬਹੁਤ ਐਸੀਆਂ ਗੱਲਾਂ ਨੇ, ਉਹ ਜਦੋਂ ਸੱਜਣ ਕੁਮਾਰ ਵਾਲੀ ਗੱਲ ਚੱਲੀ, ਉੱਥੇ ਜਿਹੜਾ ਜਵਾਬ ਦਿੱਤਾ ਉਹ ਲੋਕੀ ਹੁਣ ਕੱਢ ਕੱਢ ਕੇ ਪਾਉਂਦੇ ਆ। ਆਪਾਂ ਆਪਣੀ ਮਿੱਟੀ ਜਾਂ ਆਪਣੇ ਪੰਥ ਦੀ ਮਿੱਟੀ, ਉਹ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਲਾਈ ਆ ਨਾ, ਉਹ ਮਿੱਟੀ ਨੂੰ ਖਰਾਬ ਨਾ ਹੋਣ ਦੇਈਏ। ਤੁਹਾਡੇ ਮੂਹਰੇ ਹੱਥ ਬੰਨ ਕੇ ਬੇਨਤੀ ਆ ਸਾਰਿਆਂ ਮੂਹਰੇ, ਵੀ ਜੇ ਏਦਾਂ ਬੋਲਣ ਬੋਲਣ ਨੂੰ ਤੇ ਸਾਰਿਆਂ ਨੇ ਮੂੰਹ ਲੱਗਿਆ, ਫਿਰ ਇਹ ਗੱਲ ਜਿਹੜੀ ਹੈ ਸੰਭਲੀ ਸੁੰਭਲੀ ਨਹੀਂ ਜਾਣੀ। ਬੰਦੀ ਸਿੰਘਾਂ ਦਾ ਮਸਲਾ, ਉਹਦੇ ਤੇ ਇੱਕਜੁੱਟ ਹੋਵੋ। ਬੇਅਦਬੀ ਦਾ ਮਸਲਾ, ਉਹਦੇ ਤੇ ਇੱਕ ਇੱਕਜੁੱਟ ਹੋਵੋ। ਇਹ ਮਸਲਾ ਹੱਲ ਕਰ ਲਾਂਗੇ ਫਿਰ ਦੂਜਿਆਂ ਪਾਸਿਆਂ ਨੂੰ ਤੁਰ ਪਾਂਗੇ। ਐਵੇਂ ਬੇਲੋੜੇ ਵਿਵਾਦ ਔਰ ਬੇਲੋੜੇ ਬਿਆਨ ਇਹ ਨਾ ਦਿਓ। ਇਹਨਾਂ ਨੇ ਅੱਗੇ ਸਾਡਾ ਬਹੁਤ ਨੁਕਸਾਨ ਕੀਤਾ। ਤੇ ਇੱਕ ਗੱਲ ਸਾਰੇ ਕੰਨ ਖੋਲ ਕੇ ਸੁਣ ਲਓ, ਕਮਾਈ ਵਾਲੇ ਸਿੰਘਾਂ ਦੇ ਨਾਲ ਜਿਹੜੇ ਬਚਨ ਹੋਏ ਨਾ, ਉਹ ਕਹਿੰਦੇ ਕਲਗੀਧਰ ਦੀ ਕਚਹਿਰੀ ਦੇ ਵਿੱਚ ਆ ਗੱਲਾਂ, ਤੇ ਸੁਣ ਲਿਓ ਉੱਥੇ ਕਿਹੜਾ ਮੂੰਹ ਲੈ ਕੇ ਜਾਓਗੇ ਓਏ। ਅੱਜ ਤੁਸੀਂ ਆਪਾਂ ਜਾਂ ਮੈਂ ਵੀ ਹਾਂ, ਕੋਈ ਵੀ ਹਾਂ, ਆਪੋ ਆਪਣੀਆਂ ਚਲਾਉਣ ਲੱਗ ਜਾਈਏ ਇੱਥੇ ਚੰਮਦੀਆਂ। ਉਹ ਰੱਬੀ ਦਰਗਾਹ ਵੀ ਹੈਗੀ ਆ, ਤੁਹਾਡੇ ਉੱਪਰ ਵੀ ਬੈਠਾ ਕੋਈ, ਇੱਥੇ ਸਦਾ ਹੀ ਨਹੀਂ ਬੈਠੇ ਰਹਿਣਾ। ਜੇ ਦੂਜਿਆਂ ਨੂੰ ਕਹਿੰਦੇ ਨਾ ਉਹਨੇ ਮਾੜਾ ਕੀਤਾ, ਜੇ ਸਾਡੇ ਕੋਲ ਕੁਛ ਮਾੜਾ ਹੁੰਦਾ ਮਾਫ਼ੀ ਮੰਗ ਲੈਣੀ ਕੋਈ ਬੁਰੀ ਗੱਲ ਨਹੀਂ ਹੁੰਦੀ। ਤੇ ਦੂਜੀ ਗੱਲ, ਵੀਰਾਂ ਨੂੰ ਬੇਨਤੀ ਮੈਂ ਕਹੀ ਨਾ, ਨੌਜਵਾਨ ਉਹਨਾਂ ਨੇ ਨਹੀਂ ਪੜ੍ਹਿਆ, ਇਤਿਹਾਸ ਚੰਗੀ ਤਰ੍ਹਾਂ ਨਹੀਂ ਪੜ੍ਹਿਆ। ਜੇ ਹੁਣ ਮੈਂ ਉਸ ਗੱਲ ਤੇ ਆ ਗਿਆ ਨਾ, ਉਹ ਦੱਸਾਂਗੇ, ਪਰ ਹਾਲ ਦੀ ਘੜੀ ਇਹ ਬੇਨਤੀ ਕਰਨੀ ਸੀ, ਕਿਉਂਕਿ ਮਨ ਬਹੁਤ ਦੁਖੀ ਹੁੰਦਾ ਵੀ ਅਸੀਂ ਐਵੇਂ ਬੇਲੋੜੇ ਵਿਵਾਦਾਂ ਵਿੱਚ ਉਲਝਦੇ ਫਿਰਦੇ ਹਾਂ। ਡਿਬੇਟਾਂ ਹੋ ਰਹੀਆਂ ਇੰਗਲੈਂਡ 'ਚ, ਡਿਬੇਟਾਂ ਹੋ ਰਹੀਆਂ, ਉਹ ਸਿੰਘ ਭੇਜ ਰਹੇ ਆ ਕੈਨੇਡਾ 'ਚ ਹੋ ਰਹੀਆਂ। ਇਹ ਕੰਮ ਦੇ ਲਈ ਆਪਾਂ ਏਡਾ ਵੱਡਾ ਜ਼ੋਰ ਲਾਇਆ ਸੰਗਰੂਰ ਦੇ ਅੰਦਰ, ਉਹ ਲੋਕਾਂ ਨੇ ਏਡਾ ਵੱਡਾ ਪੰਥ ਨੂੰ ਮਾਣ ਦਿੱਤਾ। ਪੰਥ ਦੀ ਗੱਲ ਕਰੋ, ਪੰਥ ਕੀ ਰਹੇਗੀ? ਉਹ ਗ੍ਰੰਥ ਕੀ ਰਹੇਗੀ? ਤੋਈ ਤਾਂ ਹੀ ਤੁਹਾਡੀ ਵੀ ਰਹੇਗੀ, ਜੇ ਪੰਥ ਦੀ ਨਾ ਰਹੀ ਤੁਹਾਡੀ ਕਿੱਥੋਂ ਰਹਿ ਜੂਗੀ? ਪੰਥ ਦੇ ਵਿੱਚ ਹੀ ਰਹੋ, ਆਪ ਵੱਡੇ ਨਾ ਬਣੋ, ਤੇ ਇਕੱਲਾ ਤੇ ਇਕੱਲਾ ਕੋਈ ਵੀ ਕੁਝ ਨਹੀਂ ਗਾ। ਨਾਲੇ ਪੰਚ ਪ੍ਰਧਾਨ ਆ ਖਾਲਸੇ ਪੰਥ ਦੇ ਅੰਦਰ, ਇਕੱਲਾ ਕੋਈ ਨਹੀਂ ਖਾਲਸੇ ਪੰਥ ਦਾ ਬਣ ਸਕਦਾ। ਪੰਜ ਪਿਆਰਿਆਂ ਨੂੰ ਅਗਵਾਈ ਦਿੱਤੀ ਮਹਾਰਾਜ ਨੇ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਵੀ ਪੰਜ ਪਿਆਰਿਆਂ ਦੀ, ਜਥੇਦਾਰ ਵੀ ਪੰਜ ਪਿਆਰਿਆਂ ਦੇ ਅਧੀਨ ਹੁੰਦਾ। ਖਾਲਸਾ ਜੀ, ਪੰਜ ਪਿਆਰੇ ਜਥੇਦਾਰ ਨੂੰ ਜੋ ਕਹਿ ਦੇਣ ਉਹਨੂੰ ਮੰਨਣਾ ਪੈਂਦਾ। ਅਸੀਂ ਆਪਣੇ ਜਿਹੜੇ ਸਾਡੇ ਸਤਿਗੁਰਾਂ ਨੇ ਸਾਨੂੰ ਸਿਧਾਂਤ ਦਿੱਤੇ ਆ, ਉਹਨਾਂ ਦੀ ਖਿੱਲੀ ਨਾ ਉਡਾਈਏ। ਆ ਜਿਨ੍ਹਾਂ ਜਿਨ੍ਹਾਂ ਵਾਧੀਆਂ ਕੀਤੀਆਂ ਦੇਖਦੇ ਹੀ ਹੋ, ਕਿਵੇਂ ਕੂਕਿਆਂ ਦੇ ਡੋਲ ਵਾਂਗੂ ਤੇ ਨਿਹੰਗ ਸਿੰਘਾਂ ਦੇ ਬਾਟਿਆਂ ਵਾਂਗੂ ਮਾਂਜੇ ਪਏ ਆ। ਹੁਣ ਹੁਣ ਜਿੰਨੇ ਮਰਜ਼ੀ ਨਗਮੇ ਗਾ ਲਓ, ਜਿੰਨੇ ਮਰਜ਼ੀ ਹਾਈ ਕਲੱਪ ਕਰ ਲਓ, ਜਿੰਨਾ ਚਿਰ ਸਿੱਧੇ ਹੋ ਕੇ ਜੋ ਲੀਡਰਾਂ ਨੇ ਮਾੜੀਆਂ ਹਰਕਤਾਂ ਕੀਤੀਆਂ ਜਾਂ ਮਾੜੇ ਬੋਲ ਕੱਢੇ ਜਾਂ ਆਪਣਿਆਂ ਨੂੰ ਟੁੱਟ ਟੁੱਟ ਕੇ ਪੈਂਦੇ ਸੀ, ਜੋ ਤੁਹਾਨੂੰ ਮਹਾਰਾਜ ਨੇ ਕੁਛ ਮਾੜਾ ਮੋਟਾ ਦਿੱਤਾ ਸੀ ਨਾ, ਤੁਸੀਂ ਆਪਣਿਆਂ ਨੂੰ ਜੋ ਗਾਲੀ ਗਲੋਚ ਕਰਦੇ ਸੀ ਉਹ ਕਿਸੇ ਨੂੰ ਭੁੱਲਾ ਨਹੀਂ। ਅੱਧੇ ਕਦੇ ਵਿਚਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੜ੍ਹਾਈ ਵੀ ਕਰ ਗਏ, ਉਹਨਾਂ ਨੂੰ ਕਿਹੜੀ ਬੋਲੀ ਬੋਲਦੇ ਸੀ ਉਹ ਸਾਰਿਆਂ ਨੂੰ ਪਤਾ। ਹੱਥ ਬੰਨ ਕੇ ਮਾਫ਼ੀ ਮੰਗੋ ਸਾਰਿਆਂ, ਔਰ ਅੱਗੇ ਤੋਂ ਇੱਕਜੁੱਟ ਹੋ ਕੇ ਸ਼੍ਰੋਮਣੀ ਅਕਾਲੀ ਦਲ, ਜਿਹਦੇ ਲਈ ਸਾਡੇ ਬਜ਼ੁਰਗਾਂ ਸਿਰ ਧਰਦੀਆਂ ਬਾਜ਼ੀਆਂ ਲਾਈਆਂ, ਇਹ ਇੱਕ ਹੋਣਾ ਚਾਹੀਦਾ। ਇਹ ਔਰ ਇਹਦੀ ਪਾਵਰ, ਇਹ ਸ਼੍ਰੋਮਣੀ ਅਕਾਲੀ ਦਲ, ਮਹਾਰਾਜ ਸੱਚੇ ਪਾਤਸ਼ਾਹ, ਅਕਾਲ ਪੁਰਖ ਵਾਹਿਗੁਰੂ। ਸ਼੍ਰੋਮਣੀ ਕੌਣ ਆ? ਅਕਾਲ ਪੁਰਖ ਵਾਹਿਗੁਰੂ। ਅਕਾਲੀ ਕੌਣ ਆ? ਅਕਾਲ ਪੁਰਖ ਵਾਹਿਗੁਰੂ ਨੂੰ ਮੰਨਣ ਵਾਲਾ। ਅਸੀਂ ਉਹ ਗੱਲਾਂ ਤੇ ਸਾਰੀਆਂ ਛੱਡੀ ਗਏ, ਅੱਜ ਆਪ ਕਹਿੰਦੇ ਫਿਰਦੇ ਆ ਸਾਰੇ। ਸੋ ਆਪ ਜੀ ਨੂੰ ਬੇਨਤੀ ਆ ਸਾਰਿਆਂ ਨੂੰ ਹੀ, ਇਹ ਬਾਹਰ ਦੇ ਸਿੱਖ ਵੀ ਇਹੀ ਚਾਹੁੰਦੇ ਆ, ਗੁਰਸਿੱਖ ਚਾਹੁੰਦੇ, ਆਸਟ੍ਰੇਲੀਆ ਤੋਂ ਬੋਲ ਰਹੇ ਆ, ਆ ਜਾਣਾ ਅਸੀਂ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ, ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।